ਫਾਰਮਲ ਕੱਪੜਿਆਂ ਚ ਆਇਆ ਇਹ ਨੌਜਵਾਨ ਜੋ ਤੁਹਾਨੂੰ ਬਾਈਕ ਤੇ ਬੈਠਾ ਨਜ਼ਰ ਆ ਰਿਹਾ, ਇਹ ਹੈ ਸ਼ਾਤਿਰ ਚੋਰ ਤੇ ਚੋਰੀ ਕਰਦਿਆਂ ਦੀ ਇਸਦੀ ਵੀਡੀਓ ਹੋ ਗਈ ਹੈ ਸੀਸੀਟੀਵੀ ਵਿੱਚ ਕੈਦ। ਤਸਵੀਰਾਂ ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਪਹਿਲਾਂ ਇਹ ਚੋਰ ਇੱਧਰ ਉੱਧਰ ਵੇਖਦਾ ਆਉਂਦਾ ਹੈ ਤੇ ਇੱਕ ਬਾਈਕ ਤੇ ਜਾ ਬੈਠਦਾ ਤੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀ ਇਹ ਆਲੇ ਦੁਆਲੇ ਵੇਖਦਾ ਕਿ ਕੋਈ ਇਸ ਨੂੰ ਵੇਖ ਤਾਂ ਨਹੀਂ ਰਿਹਾ ਤੇ ਚਾਬੀ ਨੂੰ ਬਾਈਕ 'ਚ ਲਗਾਉਣ ਦੀ ਕੋਸ਼ਿਸ਼ ਕਰਦਾ ਤੇ ਜਿਵੇਂ ਹੀ ਬਾਈਕ ਦੇ ਵਿੱਚ ਚਾਬੀ ਲੱਗ ਜਾਂਦੀ ਹੈ ਇਹ ਚੋਰ ਮਿੰਟਾਂ ਸਕਿੰਟਾਂ 'ਚ ਬਾਈਕ ਲੈ ਕੇ ਰਫੂ ਚੱਕਰ ਹੋ ਜਾਂਦਾ। ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਤੋਂ ਜਿੱਥੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਬਾਹਰ ਇਹ ਬਾਈਕ ਖੜੀ ਹੁੰਦੀ ਹੈ ਅਤੇ ਜਿਸ ਨੌਜਵਾਨ ਦੀ ਇਹ ਬਾਈਕ ਸੀ ਉਹ ਆਪਣੀ ਮਾਤਾ ਨੂੰ ਹਸਪਤਾਲ 'ਚ ਦਵਾਈ ਦਵਾਉਣ ਲਈ ਲੈ ਕੇ ਆਇਆ ਸੀ ਤੇ ਜਦੋਂ ਉਸਨੇ ਆਪਣੀ ਬਾਈਕ ਨੂੰ ਆ ਕੇ ਵੇਖਿਆ ਤਾਂ ਉਸਦੀ ਬਾਈਕ ਗਾਇਬ ਸੀ, ਜਿਸ ਤੋਂ ਬਾਅਦ ਪੀੜਤ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤੇ ਹੁਣ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਫਾਰਮਲ ਕੱਪੜਿਆਂ ਚ ਆਇਆ ਇਹ ਨੌਜਵਾਨ ਜੋ ਤੁਹਾਨੂੰ ਬਾਈਕ ਤੇ ਬੈਠਾ ਨਜ਼ਰ ਆ ਰਿਹਾ, ਇਹ ਹੈ ਸ਼ਾਤਿਰ ਚੋਰ ਤੇ ਚੋਰੀ ਕਰਦਿਆਂ ਦੀ ਇਸਦੀ ਵੀਡੀਓ ਹੋ ਗਈ ਹੈ ਸੀਸੀਟੀਵੀ ਵਿੱਚ ਕੈਦ। ਤਸਵੀਰਾਂ ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਪਹਿਲਾਂ ਇਹ ਚੋਰ ਇੱਧਰ ਉੱਧਰ ਵੇਖਦਾ ਆਉਂਦਾ ਹੈ ਤੇ ਇੱਕ ਬਾਈਕ ਤੇ ਜਾ ਬੈਠਦਾ ਤੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀ ਇਹ ਆਲੇ ਦੁਆਲੇ ਵੇਖਦਾ ਕਿ ਕੋਈ ਇਸ ਨੂੰ ਵੇਖ ਤਾਂ ਨਹੀਂ ਰਿਹਾ ਤੇ ਚਾਬੀ ਨੂੰ ਬਾਈਕ 'ਚ ਲਗਾਉਣ ਦੀ ਕੋਸ਼ਿਸ਼ ਕਰਦਾ ਤੇ ਜਿਵੇਂ ਹੀ ਬਾਈਕ ਦੇ ਵਿੱਚ ਚਾਬੀ ਲੱਗ ਜਾਂਦੀ ਹੈ ਇਹ ਚੋਰ ਮਿੰਟਾਂ ਸਕਿੰਟਾਂ 'ਚ ਬਾਈਕ ਲੈ ਕੇ ਰਫੂ ਚੱਕਰ ਹੋ ਜਾਂਦਾ। ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਤੋਂ ਜਿੱਥੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਬਾਹਰ ਇਹ ਬਾਈਕ ਖੜੀ ਹੁੰਦੀ ਹੈ ਅਤੇ ਜਿਸ ਨੌਜਵਾਨ ਦੀ ਇਹ ਬਾਈਕ ਸੀ ਉਹ ਆਪਣੀ ਮਾਤਾ ਨੂੰ ਹਸਪਤਾਲ 'ਚ ਦਵਾਈ ਦਵਾਉਣ ਲਈ ਲੈ ਕੇ ਆਇਆ ਸੀ ਤੇ ਜਦੋਂ ਉਸਨੇ ਆਪਣੀ ਬਾਈਕ ਨੂੰ ਆ ਕੇ ਵੇਖਿਆ ਤਾਂ ਉਸਦੀ ਬਾਈਕ ਗਾਇਬ ਸੀ, ਜਿਸ ਤੋਂ ਬਾਅਦ ਪੀੜਤ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤੇ ਹੁਣ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।